ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਟੇਸਟੀ ਅਤੇ ਛੇਤੀ ਬਣਨ ਵਾਲਾ ਗਜਰੇਲਾ ਲੈ ਕੇ ਆਏ ਹਾਂ, ਜਿਹਨੂੰ ਕਿ ਗਾਜਰ ਪਾਕ ਵੀ ਕਿਹਾ ਜਾਂਦਾ ਹੈ। ਤਾਂ ਚਲੋ ਫਿਰ ਇਹਨੂੰ ਬਣਾਉਣਾ ਅਸੀਂ ਸ਼ੁਰੂ ਕਰਦੇ ਹਾਂ। ਅਸੀਂ ਇਹਦੇ ਵਿੱਚ ਗਾਜਰਾਂ ਨੂੰ ਪਹਿਲਾਂ ਛਿੱਲ ਲਵਾਂਗੇ। ਅਸੀਂ ਅੱਧਾ ਕਿਲੋ ਗਾਜਰ ਲਈ ਆ। ਹੁਣ ਮਾਰਕੀਟ 'ਚ ਗਾਜਰਾਂ ਬਿਲਕੁਲ ਫਰੈਸ਼ ਅਤੇ ਲਾਲ ਰੰਗ ਦੀ ਆ ਰਹੀ ਆ, ਅਤੇ ਹੁਣ ਅਸੀਂ ਗਾਜਰਾਂ ਨੂੰ ਪਹਿਲਾਂ ਧੋ ਕੇ ਚੰਗੀ ਤਰ੍ਹਾਂ ਨਾਲ ਸੁੱਕੇ ਕੱਪੜੇ ਨਾਲ ਪੋਚ ਲਵਾਂਗੇ। ਇਸੇ ਤਰੀਕੇ ਨਾਲ ਅਸੀਂ ਸਾਰੀਆਂ ਗਾਜਰਾਂ ਪਿਲਰ ਦੇ ਨਾਲ ਛਿੱਲ ਲੈਣੀਆਂ ਨੇ, ਅਤੇ ਹੁਣ ਅਸੀਂ ਇਹਨੂੰ ਇਸ ਤਰੀਕੇ ਨਾਲ ਇੱਕ ਇੱਕ ਇੰਚ ਦਾ ਇਹਦੇ ਟੁਕੜੇ ਕਰਾਂਗੇ। ਇਹਨੂੰ ਇਸ ਤਰੀਕੇ ਨਾਲ ਅਸੀਂ ਕੱਟ ਕਰ ਲਵਾਂਗੇ। ਹੁਣ ਅਸੀਂ ਇੱਕ ਕੁੱਕਰ ਲਵਾਂਗੇ, ਅਤੇ ਕੁੱਕਰ ਦੇ ਵਿੱਚ ਅਸੀਂ ਇੱਕ ਬੜਾ ਚਮਚਾ ਦੇਸੀ ਘਿਓ ਦਾ ਪਾਵਾਂਗੇ। ਜਦ ਘਿਓ ਸਾਡਾ ਮੈਲਟ ਹੋ ਜੂਗਾ, ਫਿਰ ਅਸੀਂ 2 ਤੋਂ 3 ਹਰੀਆਂ ਇਲਾਇਚੀਆਂ ਇਸ ਤਰੀਕੇ ਨਾਲ ਖੋਲ੍ਹ ਕਰ ਪਾ ਦੇਵਾਂਗੇ। ਅਤੇ ਹੁਣ ਅਸੀਂ ਕੱਟੀਆਂ ਹੋਈਆਂ ਗਾਜਰਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਇਹਨੂੰ ਭੁੰਨ ਲਵਾਂਗੇ, ਅਤੇ ਗੈਸ ਦਾ ਫਲੇਮ ਅਸੀਂ ਬਿਲਕੁਲ ਲੋਅ ਰੱਖਾਂਗੇ। ਹੁਣ ਸਾਡੀ ਇਹ ਗਾਜਰਾਂ ਨੂੰ ਪੱਕਦੇ ਹੋਏ 2 ਤੋਂ 3 ਮਿੰਟ ਹੋ ਗਏ ਨੇ। ਹੁਣ ਅਸੀਂ ਇਹਨੂੰ ਸੀਟੀ ਲਵਾਵਾਂਗੇ ਕੁੱਕਰ 'ਚ ਰੱਖ ਕੇ, ਅਤੇ 3 ਤੋਂ 4 ਵਿਸਲ ਆਉਣ ਤੋਂ ਬਾਅਦ ਅਸੀਂ ਕੁੱਕਰ ਖੋਲ੍ਹ ਲਵਾਂਗੇ। ਆਹ ਦੇਖੋ ਸਾਡੀਆਂ ਗਾਜਰਾਂ ਕਿੰਨੀਆਂ ਜ਼ਿਆਦਾ ਸੌਫਟ ਹੋ ਗਈਆਂ ਨੇ। ਅਸੀਂ ਇਹਨੂੰ ਕੋਈ ਛਿੱਲਿਆ ਨਹੀਂ, ਅਸੀਂ ਇਹਨੂੰ ਕੋਈ ਕੱਦੂਕਸ ਨਹੀਂ ਕੀਤਾ, ਬਸ ਇਹਨੂੰ ਛਿੱਲ ਕੇ ਕੱਟ ਕੇ ਕੁੱਕਰ ਦੇ ਵਿੱਚ ਅਸੀਂ 4 ਸੀਟੀਆਂ ਲਵਾਤੀਆਂ ਨੇ। ਹੁਣ ਅਸੀਂ ਇਹਦੇ ਵਿੱਚ 1 ਗਲਾਸ ਦੁੱਧ ਦਾ ਪਾਵਾਂਗੇ। ਜੇਕਰ ਤੁਹਾਡੀ ਗਾਜਰਾਂ ਥੋੜ੍ਹੀਆਂ ਜਿਹੀਆਂ ਸਖਤ ਨੇ, ਤਾਂ ਤੁਸੀਂ ਇਹਨੂੰ 2 ਤੋਂ 3 ਸੀਟੀਆਂ ਹੋਰ ਲਵਾ ਸਕਦੇ ਹੋ। ਆਹ ਦੇਖੋ ਸਾਡੀ ਗਾਜਰਾਂ ਬਿਲਕੁਲ ਮੈਸ਼ ਹੋ ਗਈਆਂ ਨੇ। ਇਸ ਤਰੀਕੇ ਨਾਲ ਤੁਸੀਂ ਸਪੂਨ ਦੇ ਨਾਲ ਜਾਂ ਪੋਟੈਟੋ ਮੈਸ਼ਰ ਨਾਲ ਵੀ ਇਹਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਸਕਦੇ ਹੋ। ਹੁਣ ਸਾਡੀ ਗਾਜਰਾਂ ਦੇ ਵਿੱਚ ਦੁੱਧ ਬਿਲਕੁਲ ਸੁੱਕ ਗਿਆ ਹੈ। ਹੁਣ ਅਸੀਂ ਇਹਦੇ ਵਿੱਚ ਚੀਨੀ ਪਾਵਾਂਗੇ, 4 ਤੋਂ 5 ਚਮਚੇ। ਚੀਨੀ ਤੁਸੀਂ ਆਪਣੀ ਟੇਸਟ ਦੇ ਅਕੋਰਡਿੰਗ ਘੱਟ ਤੋਂ ਵੱਧ ਵੀ ਕਰ ਸਕਦੇ ਹੋ। ਹੁਣ ਅਸੀਂ ਇਹਦੇ ਵਿੱਚ ਕੱਟੇ ਹੋਏ ਡਰਾਈ ਫਰੂਟ ਪਾਵਾਂਗੇ। ਅਸੀਂ ਇਹਦੇ ਵਿੱਚ ਕਾਜੂ, ਬਦਾਮ ਅਤੇ ਕਿਸ਼ਮਿਸ਼ ਲਈ ਆ। ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ। ਜਦ ਸਾਡੇ ਗਜਰੇਲੇ ਵਿੱਚ ਪਾਣੀ ਸੁੱਕ ਜੂਗਾ, ਕਿਉਂਕਿ ਅਸੀਂ ਚੀਨੀ ਪਾਈ ਆ, ਤਾਂ ਚੀਨੀ ਵੀ ਆਪਦਾ ਪਾਣੀ ਛੱਡਦੀ ਆ। ਜਦ ਸਾਡਾ ਸਾਰਾ ਪਾਣੀ ਸੁੱਕ ਜੂਗਾ, ਫਿਰ ਅਸੀਂ ਇਹਦੇ ਵਿੱਚ 250 ਗ੍ਰਾਮ ਖੋਆ ਪਾਵਾਂਗੇ, ਅਤੇ ਇਹਨੂੰ ਵੀ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ। ਇਹ ਇੰਨੀ ਜਲਦੀ ਅਤੇ ਟੇਸਟੀ ਬਣਨ ਵਾਲਾ ਗਾਜਰ ਪਾ ਕੇ ਕਿ ਤੁਸੀਂ ਇਹਨੂੰ ਹਰ ਹਫ਼ਤੇ ਬਣਾ ਕੇ 3 ਤੋਂ 4 ਦਿਨ ਖਾ ਸਕਦੇ ਹੋ। ਹੁਣ ਅਸੀਂ ਇਹਦੇ ਵਿੱਚ 1 ਬੜਾ ਚਮਚਾ ਘਿਓ ਦਾ ਹੋਰ ਪਾਵਾਂਗੇ। ਇਹ ਬਹੁਤ ਹੀ ਟੇਸਟੀ ਅਤੇ ਲਾਜਵਾਬ ਬਣਨ ਵਾਲੀ ਰੈਸਿਪੀ ਹੈ। ਪਹਿਲਾਂ ਅਸੀਂ ਇਹਨੂੰ ਕੱਦੂਕਸ ਕਰਦੇ ਸੀ ਅਤੇ ਘੰਟਾ ਇਹਨੂੰ ਬਣਾਉਣ 'ਚ ਲਾਉਂਦੇ ਸੀ। ਹੁਣ ਅਸੀਂ ਸਿਰਫ ਇਹਨੂੰ ਛਿੱਲ ਕੇ ਕੱਟ ਕੇ ਅਤੇ ਕੁੱਕਰ 'ਚ ਸੀਟੀਆਂ ਲਵਾ ਕੇ ਸਾਡਾ ਗਜਰੇਲਾ 1/2 ਘੰਟੇ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ। ਤੁਸੀਂ ਇਸ ਟ੍ਰਿਕ ਨਾਲ 1 ਵਾਰੀ ਇਹ ਗਾਜਰ ਪਾਕ ਘਰੇ ਜ਼ਰੂਰ ਟਰਾਈ ਕਰੋ, ਅਤੇ ਮੈਨੂੰ ਕਮੈਂਟ ਕਰ ਦੱਸੋ ਕਿ ਤੁਹਾਨੂੰ ਇਹ ਗਾਜਰ ਪਾਕ ਕਿਹੋ ਜਿਹਾ ਲੱਗਿਆ। ਫਿਰ ਆਉਂਗੀ ਇੱਕ ਹੋਰ ਰੈਸਿਪੀ ਨਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।